ਜੀ ਦਾ ਮੇਰੇ YouTube ਚੈਨਲ ਥਿੰਕ ਟੈਕਨਾ ਵਿੱਚ ਬਹੁਤ ਬਹੁਤ ਸਵਾਗਤ ਹੈ। ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਤੁਸੀਂ ETT ਦਾ ਜਿਹੜੀਆਂ ਰਿਕੁਆਇਰਮੈਂਟਸ ਨਿਕਲੀਆਂ 1664 ਉਹਦਾ ਤੁਸੀਂ ਫੋਰਮ ਕਿੱਦਾਂ ਫਿਲ ਕਰਨਾ ਔਨਲਾਈਨ ਅਤੇ ਕਿਹੜੇ ਕਿਹੜੇ ਸਟੈਪਸ ਨੇ ਜੋ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਇਹ ਰਿਕੁਐਸਟ ਕਰਾਂਗਾ ਕਿ ਜਿਹੜੇ ਵੀ ਤੁਸੀਂ ਡਿਫਰੈਂਟ ਸਾਡੇ ਕੈਂਡੀਡੇਟਸ ਫੋਰਮ ਫਿਲ ਕਰਦੇ ਹਾਂ ਆਪਣੀ ਡਿਟੇਲਸ ਪ੍ਰੋਪਰਲੀ ਚੈੱਕ ਕਰੋ, ਬਿਕੋਜ਼ ਇੱਕ ਵਾਰ ਤੁਸੀਂ ਡਾਟੇ ਨੂੰ ਅਪਰੂਵ ਕਰ ਦਿੰਦੇ ਹੋ ਤਾਂ ਉਹਦੇ ਵਿੱਚ ਕੋਈ ਵੀ ਤੁਸੀਂ ਮੋਡੀਫਿਕੇਸ਼ਨਸ ਨਹੀਂ ਕਰ ਸਕਦੇ। ਮਾਸਟਰ ਕੈਡਰ ਦੀ ਇੱਕ ਵੀਡੀਓ ਪਾਈ ਸੀ ਮੈਂ ਜਿਹਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਕਮੈਂਟਸ ਆਏ ਯੂਜ਼ਰਸ ਦੇ ਕਿ ਉਹਨਾਂ ਦਾ ਕੋਈ ਵਿੱਚੋਂ ਪਰਟੀਕੁਲਰ ਡਾਟਾ ਗਲਤ ਹੋ ਗਿਆ, ਬਿਕੋਜ਼ ਇੱਕ ਵਾਰ ਡਾਟਾ ਤੁਸੀਂ ਫਿਲ ਕਰਤਾ, ਅਪਰੂਵ ਕਰਤਾ, ਲੌਗ ਕਰਤਾ, ਉਸ ਤੋਂ ਬਾਅਦ ਜਿਹੜਾ ਡਾਟਾ ਤੁਹਾਡਾ ਬੈਕਐਂਡ 'ਤੇ ਚਲਾ ਜਾਂਦਾ ਹੈ ਐਂਡ ਦੇਰ ਇਜ਼ ਨੋ ਚਾਂਸਿਸ ਆਫ ਮੋਡੀਫਿਕੇਸ਼ਨਸ। ਸੋ ਇਹ ਥੋੜ੍ਹਾ ਧਿਆਨ ਰੱਖਿਓ। ਤਾਂ ਚਲੋ ਸ਼ੁਰੂ ਕਰਦੇ ਹਾਂ। ਸੋ ETT ਦੀਆਂ ਜਿਹੜੀਆਂ ਪੋਸਟਾਂ ਨਿਕਲੀਆਂ ਹੈ ਉਹਨਾਂ ਦਾ ਜੇ ਤੁਸੀਂ ਕੋਈ ਵੀ ਡਿਟੇਲ ਵਗੈਰਾ ਦੇਖਣੀ ਹੈ ਉਹਦੇ ਲਈ ਇਹਨਾਂ ਦੀ ਵੈਬਸਾਈਟ ਹੈ ਐਜੂਕੇਸ਼ਨ ਰਿਕੁਆਇਰਮੈਂਟ ਬੋਰਡ, ਤੁਸੀਂ ਉੱਤੇ ਚਲੇ ਜਾਓ। ਉਹਨਾਂ ਦਾ ਇਹ ਵੈਬਸਾਈਟ ਦਾ ਹੋਮ ਪੇਜ ਹੈ ਜੀ। ਲੇਟੈਸਟ ਸਰਕੂਲਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਹਿਲੇ ਜਿਹੜੇ ਦੋ ਹੈਗੇ ਆ ਜੀ ਲਿੰਕ ਇਹਨਾਂ ਦੇ ਆ ਰਹੇ ਆ ਜੀ। 1664 ਜਿਹੜੀਆਂ 64 ਪੋਸਟਾਂ ਨਿਕਲੀਆਂ ਬੈਕਲੌਗ ਪਲੱਸ ਜਿਹੜੇ ਅਦਰ ਕੈਂਡੀਡੇਟਸ ਨੇ ETT ਦੇ, ਕਲਿੱਕ ਕਰ ਦਿਓ ਸੈਕਿੰਡ ਲਿੰਕ 'ਤੇ। ਕੁਛ ਇੱਦਾਂ ਦਾ ਇੰਟਰਫੇਸ ਆ ਜਾਊਗਾ, ਇੱਥੇ ਤੁਸੀਂ ਐਡਵਰਟਾਈਜ਼ਮੈਂਟ ਅਤੇ ਪਬਲਿਕ ਨੋਟਿਸ ਦੇਖ ਸਕਦੇ ਹੋ। ਬਟ ਅਸੀਂ ਅਪਲਾਈ ਕਰਨਾ ਹੈ ਨਏ ਸਿਰੇ ਤੋਂ, ਸੋ ਆਪਾਂ ਇੱਥੇ ਕਲਿੱਕ ਹੇਅਰ ਟੂ ਰਜਿਸਟਰ 'ਤੇ ਕਲਿੱਕ ਕਰਾਂਗੇ ਜੀ। ਉਸ ਤੋਂ ਬਾਅਦ ਇੱਥੇ ਰਜਿਸਟ੍ਰੇਸ਼ਨ ਦੀ ਗਾਈਡਲਾਈਨਸ ਹੈ, ਇਹਨਾਂ ਨੂੰ ਆਪਾਂ ਰੀਡ ਕਰ ਲੈਂਦੇ ਹਾਂ ਜੀ ਕੀ ਹੈ। ਤੁਸੀਂ ਇਹਨੂੰ ਰੀਡ ਕਰ ਸਕਦੇ ਹੋ। ਇੱਥੇ ਉਹੀ ਲਿਖਿਆ ਹੈ ਕਿ ਫੋਰਮ ਨੂੰ ਜੋ ਵੀ ਗਾਈਡਲਾਈਨਸ ਨੂੰ ਪਹਿਲੇ ਪ੍ਰੋਪਰਲੀ ਰੀਡ ਕਰੋ। ਕੈਂਡੀਡੇਟ ਸਭ ਤੋਂ ਪਹਿਲੇ ਰਜਿਸਟਰ ਕਰੂਗਾ, ਉਹਨਾਂ ਦੇ ਮੋਬਾਈਲ ਨੰਬਰ ਅਤੇ ਈਮੇਲ ਆਈ ਡੀ ਅਤੇ ਪਾਸਵਰਡ ਜਾਊਗਾ। ਆਫਟਰ ਰਜਿਸਟ੍ਰੇਸ਼ਨ ਆਪਣਾ ਕੈਂਡੀਡੇਟ ਫੋਰਮ ਲੌਗਇਨ ਕਰੂਗਾ। ਫੋਰਮ ਜਿਹੜਾ ਕੰਪਲੀਟ ਕਰਨ ਤੋਂ ਬਾਅਦ ਜੋ ਕਿ ਪੰਜਵਾਂ ਸਟੈਪ ਹੈ ਉਹਨੂੰ ਥੋਰੋਲੀ ਚੈੱਕ ਕਰੋ ਅਤੇ ਆਹ ਦੇਖੋ ਇਹ ਸਟੈਪ ਥੋੜ੍ਹਾ ਧਿਆਨ ਨਾਲ ਦੇਖੋ, ਥੋਰੋਲੀ ਚੈੱਕ ਐਂਡ ਅਪਰੂਵ ਇਟ। ਉਸ ਤੋਂ ਬਾਅਦ ਕੋਈ ਵੀ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਹੀ ਕਿਹਾ ਕੋਈ ਵੀ ਚੇਂਜਸ ਵਗੈਰਾ ਨਹੀਂ ਹੋਣੇ, ਪੋਸਟਾਂ ਬਹੁਤ ਘੱਟ ਆ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਇਸ ਕਰਕੇ ਥੋੜ੍ਹਾ ਪਲੀਜ਼ ਤੁਸੀਂ ਧਿਆਨ ਰੱਖਿਓ। ਇੱਕ ਵਾਰ ਡਾਟਾ ਅਪਰੂਵ ਹੋ ਗਿਆ ਤੁਹਾਡੀ ਜਿਹੜੀ ਫੀਸ ਇਨਵੋਇਸ ਹੈ ਉਹ ਆਪਣੇ ਉੱਥੋਂ ਐਕਟੀਵੇਟ ਹੋ ਜੂਗੀ। ਦੈਨ ਯੂ ਕੈਨ ਡਾਊਨਲੋਡ ਦਾ ਚਲਾਨ, ਬੈਕਐਂਡ 'ਤੇ ਜਾਓ, ਬੈਕਐਂਡ ਮੀਨ ਤੁਸੀਂ ਬੈਂਕ ਜਾਓ, ਉੱਥੋਂ ਚਲਾਨ ਜਦੋਂ ਹੀ ਤੁਸੀਂ ਆਪਣੀ ਫੀਸ ਪੇ ਕਰ ਦਿੰਦੇ ਹੋ ਨੀਅਰ ਅਬਾਊਟ 24 ਘੰਟੇ ਵਿੱਚ ਤੁਹਾਡਾ ਚਲਾਨ ਅਪਡੇਟ ਹੋ ਜਾਂਦਾ ਹੈ। ਸੋ ਚਲੋ ਅੱਗੇ ਦੇਖਦੇ ਹਾਂ ਜੀ, ਆਹ ਚੈੱਕਬੋਕਸ ਬਣਿਆ, ਤੁਸੀਂ ਇੱਥੇ ਕਲਿੱਕ ਕਰਕੇ ਪ੍ਰੋਸੀਡ 'ਤੇ ਕਲਿੱਕ ਕਰ ਦਿਓ। ਪ੍ਰੋਸੀਡ 'ਤੇ ਕਲਿੱਕ ਕਰਨ ਤੋਂ ਬਾਅਦ ਕੁਛ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਊਗਾ। ਸੋ ਇਹਦੇ ਵਿੱਚ ਦੇਖੋ ਤੁਹਾਡੀ ਡਿਟੇਲ ਮੰਗੀ ਹੋਈ ਹੈ, ਸਭ ਤੋਂ ਪਹਿਲੇ ਤੁਹਾਡਾ ਇੱਥੇ ਮੰਗਿਆ ਹੋਇਆ ਜੀ ਨਾਮ, ਠੀਕ ਹੈ ਜੀ, ਫਾਦਰ ਸਾਹਿਬ ਦਾ ਨਾਮ ਅਤੇ ਬਾਕੀ ਸਾਰੀ ਡਿਟੇਲਸ ਮੰਗੀਆਂ ਹੋਈਆਂ। ਸੋ ਚਲੋ ਜੀ ਆਪਾਂ ਇਹਨਾਂ ਨੂੰ ਵਨ ਬਾਈ ਵਨ ਫਿਲ ਕਰਦੇ ਹਾਂ। ਸੋ ਸਭ ਤੋਂ ਪਹਿਲੇ ਆਪਾਂ ਨਾਮ ਫਿਲ ਕਰਦੇ, ਕੈਪੀਟਲ 'ਚ ਲਿਖੋ, ਸਮਾਲ 'ਚ ਲਿਖੋ, ਨੋ ਇਸ਼ੂਸ। ਸੋ ਮੈਂ ਨਾਮ ਫਿਲ ਕੀਤਾ, ਉਸ ਤੋਂ ਬਾਅਦ ਫਾਦਰ ਸਾਹਿਬ ਦਾ ਨਾਮ ਫਿਲ ਕੀਤਾ, ਠੀਕ ਹੈ ਜੀ, ਮੰਮੀ ਜੀ ਦਾ ਨਾਮ, ਡੇਟ ਆਫ ਬਰਥ ਤੁਸੀਂ ਦੇ ਲਓ ਇੱਥੋਂ ਜੋ ਵੀ ਤੁਹਾਡੀ ਡੇਟ ਆਫ ਬਰਥ ਹੈ। ਥੋੜ੍ਹਾ ਧਿਆਨ ਰੱਖਿਓ ਡਿਜਿਟਸ ਵਗੈਰਾ ਦਾ, ਜੇ ਇੱਕ ਵਾਰ ਤੁਹਾਡਾ ਗਲਤ ਹੋ ਜਾਂਦਾ, ਬਿਕੋਜ਼ ਹੁਣ ਤਾਂ ਤੁਸੀਂ ਅਪਲਾਈ ਕਰਤਾ ਗਲਤ ਹੋ ਗਿਆ ਤਾਂ ਜਿਵੇਂ ਤੁਹਾਡੀ ਆਫਟਰ ਕੁਆਲੀਫਾਇੰਗ ਟੈਸਟ ਜਿਵੇਂ ਤੁਹਾਡਾ ਵੇਰੀਫਿਕੇਸ਼ਨ ਹੁੰਦਾ ਡਾਕੂਮੈਂਟ 'ਤੇ ਉੱਥੇ ਕਈ ਵਾਰ ਇਸ਼ੂ ਕ੍ਰੀਏਟ ਹੋ ਜਾਂਦਾ ਹੈ, ਠੀਕ ਹੈ ਜੀ। ਫੋਨ ਨੰਬਰ ਆਪਣਾ ਫਿਲ ਕਰ ਦਿਓ, ਫੋਨ ਨੰਬਰ ਧਿਆਨ ਨਾਲ ਫਿਲ ਕਰਿਓ, ਬਿਕੋਜ਼ ਇੱਥੇ ਤੁਹਾਡਾ ਮੈਸੇਜ ਆਊਗਾ ਜੀ ਜਿਹਦੇ ਵਿੱਚ ਤੁਹਾਡਾ ਡਿਟੇਲਸ ਹੋਣਗੀਆਂ, ਤੁਹਾਡਾ ਰਜਿਸਟ੍ਰੇਸ਼ਨ ਨੰਬਰ ਅਤੇ ਤੁਹਾਡਾ ਪਾਸਵਰਡ। ਸੋ ਇੱਕ ਵਾਰ ਫੋਨ ਨੰਬਰ ਚੈੱਕ ਕਰ ਲੈਂਦੇ ਹਾਂ, ਦਸ ਵਨ। ਉਸ ਤੋਂ ਬਾਅਦ ਈਮੇਲ ਆਈ ਡੀ ਆਪਣੀ ਫਿਲ ਕਰ ਦਿਓ, ਈਮੇਲ ਆਈ ਡੀ ਵੀ ਥੋੜ੍ਹੀ ਧਿਆਨ ਨਾਲ ਦੇਖਿਓ ਜੀ। ਫਿਲਹਾਲ ਤਾਂ ਮੈਕਸੀਮਮ ਬੰਦਿਆਂ ਦੀ ਜੀਮੇਲ 'ਚ ਹੀ ਹੁੰਦੀ ਹੈ, ਜੇ ਯਾਹੂ 'ਚ ਹੈ, ਰੈਡੀਫ 'ਚ ਹੈ, ਜਾਂ ਤੁਸੀਂ ਅਦਰ ਕਿਸੇ ਅਦਰ ਪਰਟੀਕੁਲਰ ਵੈਬਸਾਈਟ 'ਤੇ ਬਣਾਈ ਆ ਉਹ ਦੇਖ ਲਿਓ। ਥੋੜ੍ਹਾ ਆਪਣੀ ਕੈਟੇਗਰੀ ਵੀ ਧਿਆਨ ਨਾਲ ਚੂਜ਼ ਕਰਿਓ, ਬਿਕੋਜ਼ ਕੈਟੇਗਰੀ ਅਕੋਰਡਿੰਗ ਤੁਹਾਡੀ ਫੀਸ ਆਊਗੀ। ਉਸ ਤੋਂ ਬਾਅਦ 10th ਲੈਵਲ ਤੱਕ ਅਗਰ ਤੁਸੀਂ ਪੰਜਾਬੀ ਪਾਸ ਕੀਤੀ ਹੈ ਤਾਂ ਯੈਸ ਕਰ ਦਿਓ, ਅਦਰਵਾਈਜ਼ ਨੋ ਕਰ ਦਿਓ। ਫਿਲਹਾਲ PSTET ਫਸਟ ਕੁਆਲੀਫਾਈਡ ਹੈ, ਕਾਮਨ ਜੀ ਗੱਲ ਹੈ, ਜਿਹੜਾ ਕੁਆਲੀਫਾਈ ਹੋ ਤਾਂ ਹੀ ਤੁਸੀਂ ਕਰ ਸਕਦੇ ਹੋ, ਯੈਸ ਕਰੋ। ਅਤੇ ਜੇ ਤੁਸੀਂ ਗੌਰਮੈਂਟ ਡਿਪਾਰਟਮੈਂਟ ਨੂੰ ਪਹਿਲੇ ਲਲੀਆ ਬਿਲੋਂਗ ਕਰਦੇ ਸੀ ਉਹ ਕਰੋ, ਹੁਣ ਵੀ ਉਹ ਤਾਂ ਕਰੋ, ਯੈਸ, ਅਦਰਵਾਈਜ਼ ਨਹੀਂ ਹੈ ਤਾਂ ਨੋ ਕਰ ਦਿਓ। ਇਹ ਡਿਟੇਲਸ ਇੱਕ ਵਾਰ ਥੋਰੋਲੀ ਚੈੱਕ ਕਰ ਲਿਓ, ਬਿਕੋਜ਼ ਜਦੋਂ ਤੁਸੀਂ ਰਜਿਸਟਰ 'ਤੇ ਕਰਤਾ ਕਲਿੱਕ ਤਾਂ ਇਹ ਡਿਟੇਲ ਫਿਕਸ ਹੋ ਜਾਣੀ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਇਹਨੂੰ ਮੈਂ ਰਜਿਸਟਰ ਕਰਤਾ ਜੀ, ਓਕੇ ਕਰਤਾ। ਓਕੇ ਕਰਨ ਤੋਂ ਬਾਅਦ ਤੁਹਾਡੇ ਫੋਨ 'ਤੇ ਮੈਸੇਜ ਆਊਗਾ ਜੀ ਜੋ ਕਿ ਇੱਥੇ ਆ ਗਿਆ, ਮੈਂ ਤੁਹਾਨੂੰ ਸ਼ੋਅ ਕਰ ਦਿੰਦਾ ਜੀ। ਆਹ ਦੇਖੋ ਜੀ ਇੱਥੇ ਸਾਡਾ ਇਹ ਮੈਸੇਜ ਆ ਗਿਆ, ਮੈਂ ਤੁਹਾਨੂੰ ਇੱਕ ਵਾਰ ਡਿਸਪਲੇ ਕਰ ਦਿੰਦਾ ਇੱਥੇ ਜੇ ਤੁਹਾਨੂੰ ਕਲੈਰਟੀ ਹੋ ਜੂਗੀ। ਮੈਸੇਜ ਤੁਹਾਨੂੰ ਇਸ ਤਰ੍ਹਾਂ ਆਊਗਾ ਜੀ, ਆਹ ਦੇਖੋ VKDGSSB ਤੋਂ ਇੱਥੇ ਕਲਿੱਕ ਕਰੋਗੇ, ਇੱਥੇ ਮੈਂ ਤੁਹਾਨੂੰ ਕਲਿੱਕ ਕਰ ਦੇਣਾ ਜਿੱਥੇ ਡਿਟੇਲ ਸ਼ੋਅ ਕਰੂਗਾ ਜੀ ਪੂਰਾ, ਠੀਕ ਹੈ ਜੀ। ਅਤੇ ਫਿਲਹਾਲ ਥੋੜ੍ਹਾ ਮੇਰਾ ਨੈੱਟ ਸਲੋ ਹੈ, ਇੱਕ ਵਾਰ ਫਿਰ ਤੋਂ ਕਰ ਲੈਂਦੇ ਹਾਂ।
डेटा डिटेल शो करूंगा, देखो जिथे फिल हो गया साडा, इथे जो भी साडी डिटेल्स आ गई, डियर सॉन, ये इथे आजूगा जी ता रजिस्ट्रेशन नंबर अते ता पासवर्ड। ठीक है जी, ये साडा मोबाइल ते आ गया, सेम इदी ईमेल ते चले जाना है। सो बाकी जड़ी प्रोसैस वो अगे देखते हैं। उस तो बाद क्लिक हेयर ते क्लिक करना है, उस तो बाद जो रजिस्ट्रेशन नंबर आया वो तुसी इत्थे फिल करना है। ठीक है जी, सो सब तो पहले तुसी रजिस्ट्रेशन नंबर फिल कर दो, उस तो बाद जड़ा पासवर्ड सीगा वो फिल कर दो, इतों लॉगिन कर दो। डिटेल्स ताड़ियाँ जी इनकोरैक्ट हो तो उत्थे एरर मैसेज शो कर दूंगा। फिलहाल मैं पासवर्ड सेव कर लेना इतने फ्यूचर वास्ते। आ देखो जी, ये डिटेल ताड़ियाँ फिक्स हो गई, हुण तुसीं इहदे विच कोई भी मॉडिफिकेशन नहीं कर सकते, ये जिहड़ियां बेसिक डिटेल्स हैं। उस तो बाद तुसीं अपना एड्रैस दिओ, पंजाब दे डोमिसाइल हो, अपना एड्रैस दिओ जी, ते हाउस नंबर सौन। ठीक है जी, तुहाडी सिटी आ गई, उस तो बाद इत्थे तहसील आ गई, उस तो बाद डिस्ट्रिक्ट आ गई जी। ताड़ी स्टेट तो फिलहाल चलो साड़ी पंजाबी है, बाकी जी अदर स्टेट तो उसके अकॉर्डिंग कर सकते हैं। सो ये डिटेल्स सारी एक बार चैक कर लिया। हुण इत्थे मैं एक तुहानू इंपोर्टेंट स्टैप दसन लगा, उसदे वल थोड़ा ध्यान दिओ जी। ये देखो सारी मैं डिटेल सेव कर ली, मैं अपडेट करता। ठीक है जी, ओके करता। मैनू लग्या कि मेरे एड्रैस में कोई प्रॉब्लम है, मैं श्योर नहीं है, या मैं किसी कैंडीडेट का फॉर्म फिल करता, मैं लगता है इतने क्लैरिटी नहीं होती, ये एड्रैस बाद में अपडेट करना मैं। ठीक है जी, ये तुसी फॉर्म नूं इत्थों लॉग आउट कर दो, बेशक कल कर लियो, अपडेट परसों कर लियो, नो इशूज़। बट जे ताडा करैक्ट है अते तुसी चेंजेस वगैरह नहीं करना, आई हैव चैक द डिटेल्स फिल्ड एंड अप्रूव्ड बीइंग सॉन, इतने अप्रूव कर दो। ठीक है जी, बाद च करैक्ट करके जेकर सही है तो नाल दे नाल कर दो। जेले तुसी ए स्टैप अप्रूव करोगे दैन ता ही ताडा सैकेंड स्टैप एक्टिवेट होगा। तो मैनूं क्लिक कर दिना है। ठीक है जी, आ देखो साडा डाटा सेव हो गया। उस तो बाद देखो मैं जिदे थर्ड स्टैप ते क्लिक करदा ना, गलती नाल मैं क्या थर्ड स्टैप पहले कर लैणा, दूजा बाद च कर लोंगे। वो कहिंदा कि पहले तुसी अपना जिहड़ा दूजा स्टैप है वो कंप्लीट करो, दैन यू विल बी एबल टू डू द थर्ड स्टैप। सो मैं इत्थे स्टैप टू ते क्लिक करदा है। फोटो का साइज़ दिता होया 25 KB, साइन का साइज़ दिता होया 15 KB। बट जे मास्टर कैडर की गल करदा उत्थे थोड़ा डिफरेंट सीगा। सो मैं चूज़ फाइल ते जाना है जी, डैक्सटॉप ते जाना है, अपना फोटो अपलोड किया मैं, अते उस तो बाद सिग्नेचर ते गया। सिग्नेचर अते फोटो का साइन या साइज़ का जिहड़ा थोड़ा तुहानू सैट करना पैना, किदा करना, इहदी वीडियो पहले अपलोड की है। जेकर फिर भी तुहानू प्रॉब्लम आ रही है तुहाडे खुद दे एंड तों, तां तुसीं वट्सएप ग्रुप ते या वट्सएप ते मैसेज कर सकते हो, अदरवाइज़ यू कैन आलसो मेल अस, मेल आई डी तुहानू मिल जाऊगी वीडियो डिस्क्रिप्शन में। सो उस तो बाद डिटेल्स ताड़ियाँ डन है, तो इत्थे भी तुसीं इहनू लॉक करना है, अप्रूव कर देना। ठीक है जी, जो भी ताड़ी डिटेल्स हैं, तुहाडी फोटो ते सिग्नेचर, मैं अप्रूव ते क्लिक किया। सो ये दोनों डिटेल्स साड़ियाँ अप्रूव हो गई। उस तो बाद थर्ड स्टैप दे विच जिहड़ा ताड़ा मेन है डिटेल्स फिल करनी है जी। इत्थे मैं पहले भी दस्या सी इहदे विच कि कुछ इन्होंने शफलिंग वगैरह की है, मेरे अकॉर्डिंग पहले 12th आना चाहिए सी, या सब तो हाईएसट डिग्री पहले आनी सी फिर आनी चाहिए लोएसट, या सब तो लोएसट फिर हाईएसट। आ देखो इतने पहले 12th आ गई, 12th तो बाद बंदा बीए करता है, या फिर उस तो बाद ETT करता है। ठीक है जी, दैन फिर बी एड करता है, दैन सॉन करता है। बट इतना थोड़ा अगे पिछे चलो, नो इशूज, इतना थोड़ा ध्यान दौ। ला लो कि मेरा सबजैक्ट सी ये नॉन मैडिकल। ठीक है जी, रोल नंबर सी सॉन, चलो रोल नंबर थोड़ा अपना वधिया देने। इतने मैं डमी डिटेल्स फिल करता पाया, थोड़ा ध्यान दौ। 2008 दे विच अपना की जी CBSE बोर्ड तो की। सो ला लो 500 नंबर सी, चलो जी हाँ 500 नंबर सी, किन्या 600 परसेंटेज ताड़ी ऑटोमैटिक आ जाऊगी। PS टैट ला लो जी, तो अपना 2017 की गल करते हैं। ठीक है जी, इतने सबजैक्ट वगैरह जो अगर नहीं है तो तुम अपने अकॉर्डिंग कुछ भी लिख दो। ठीक है जी, PS टैट 1 का जोड़ा सबजैक्ट है, चलो मैं डमी इतने लिख देना जी SST। उस तो बाद इतने फिलहाल रोल नंबर लिखता जी मैं, किड़े साल किया 2017 च, हूँ देखो 8 तो बाद सीधा 17 आ गया। ये SEERT इन्हों का बोर्ड है जी, किन्या 150 का पेपर होंगे, तुम 150 विचों ला लो जी 100 नंबर, 110 आ गया, 150 आ गया, परसेंटेज ताड़ी ऑटोमैटिक कैलकुलेट हो जाएगी। ETT का तुम्हें पता जी कोई सब्जेक्ट वगैरह नहीं होंगे। सो तुम फिलहाल इतने ऑल सब्जेक्ट लिख दौ। ठीक है जी, या तुहाडे जिहड़े सब्जेक्ट है लिख लियो, हाँ लिखता जी मैं। ETT किहड़े साल च कीती सी जी, ETT ला लो कि मैं बंदे ने ग्रैजुएशन तो बाद की है। सो ला लो जी 2008, 8 तो बाद साडा आ गया +2 हो गई, चलो 9 च कर दें, 9 ETT, चलो 2 साल की आप ला लें। सो 2 साल के अकॉर्डिंग चलो इतने आ गया साडा
ਇਹ ਥੋੜ੍ਹਾ ਦੇਖ ਲਿਓ, ਮੈਂ ਥੋੜ੍ਹਾ ਇੱਥੇ ਗਲਤ ਵੀ ਕਰਦਾ ਕੁਛ ਨਹੀਂ, ਬਟ ਤੁਸੀਂ ਕਰੈਕਟ ਕਰਿਓ, ਬਿਕੋਜ਼ ਜੇ ਮੈਂ ਜ਼ਿਆਦਾ ਉਹ ਡਿਟੇਲ 'ਚ ਗਿਆ ਤਾਂ ਫਿਰ ਤੁਹਾਨੂੰ ਪਤਾ ਥੋੜ੍ਹਾ ਵੀਡੀਓ ਜ਼ਿਆਦਾ ਲੰਬੀ ਬਣ ਜਾਣੀ ਹੈ। ਠੀਕ ਹੈ ਜੀ, ਜੀ ਐਨ ਡੀ ਯੂ ਆਪਾਂ ਕਰ ਲੈਂਦੇ ਹਾਂ ਜੀ। ਉਸ ਤੋਂ ਬਾਅਦ ਸਾਡਾ ਇੱਥੇ ਆ ਗਿਆ ਜੀ, ਕਿੰਨਿਆਂ ਵਿੱਚੋਂ ਸੀਗੇ, ਲਾ ਲਓ 1600 ਵਿੱਚੋਂ ਨੰਬਰ ਸੀਗੇ, ਤਾਂ 1600 ਵਿੱਚੋਂ ਕੈਂਡੀਡੇਟ ਦੇ ਨੰਬਰ ਆ ਗਏ ਜੀ 1100। ਚਲੋ ਜੀ 1100 ਆ ਗਏ 1600 ਵਿੱਚੋਂ। ਇਹ ਕਿੰਨਿਆਂ ਵਿੱਚੋਂ ਕਿੰਨੇ ਹੁੰਦੇ ਹੋ ਤੁਸੀਂ ਦੇਖ ਲਿਓ, ਪਰਸੈਂਟ ਆਟੋਮੈਟਿਕ ਆ ਜਾਊਗੀ ਇੱਥੇ। ਬੀ ਏ ਦੇ ਵੀ ਆਲ ਸਬਜੈਕਟਸ ਲਿਖ ਲਓ ਤੁਸੀਂ, ਤੁਸੀਂ ਆਲ ਸਬਜੈਕਟਸ ਲਿਖ ਲਿਓ, ਜਿੱਦਾਂ ਮੈਂ ਲਿਖੇ ਤਾਂ ਨਾ ਲਿਖਿਓ, ਬਿਕੋਜ਼ ਕਈ ਵਾਰ ਇਸ਼ੂ ਹੋ ਜਾਂਦਾ ਕਿ ਤੁਸੀਂ ਸਬਜੈਕਟ ਆਪਣੇ ਪ੍ਰੋਪਰ ਨਹੀਂ ਲਿਖੇ, ਇੱਦਾਂ ਕਿਉਂ ਲਿਖੇ ਆਲ ਸਬਜੈਕਟਸ ਵਗੈਰਾ। ਸੋ ਥੋੜ੍ਹਾ ਧਿਆਨ ਦਿਓ ਜੀ ਇੱਥੇ। ਠੀਕ ਹੈ ਜੀ, ਬੀ ਐਡ ਆਪਾਂ ਕੀਤੀ ਸੀ 17 'ਚ, ਪੇਪਰ ਦੇ ਤਾ, ਚਲੋ 2016 'ਚ ਲਾ ਲਓ ਬੀ ਐਡ ਹੋ ਗਈ। ਇਹ ਵੀ ਜੀ ਐਨ ਡੀ 'ਚੋਂ ਕੀਤੀ, ਜ਼ਰੂਰੀ ਨਹੀਂ ਤੁਸੀਂ ਜੀ ਐਨ ਡੀ 'ਚੋਂ ਹੀ ਕੀਤੀ ਹੈ, ਕਈ ਵਾਰ ਤੁਸੀਂ ਮਾਈਗ੍ਰੇਟ ਵੀ ਹੋ ਸਕਦੇ ਹੋ। ਪੀ ਯੂ ਸੀ ਐਚ ਡੀ ਉਹ ਥੋੜ੍ਹਾ ਇਹ ਥੋੜ੍ਹਾ ਧਿਆਨ ਦਿਓ ਜੀ, ਡਿਟੇਲਸ ਇੱਥੇ ਪ੍ਰੋਪਰਲੀ ਫਿਲ ਕਰਿਓ, ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਪਿਆ। ਠੀਕ ਹੈ ਜੀ, 2400 ਦਾ ਪੇਪਰ ਹੁੰਦਾ ਹੈ ਸਾਡਾ ਮਾਰਕਸ ਦਾ। ਸੋ ਇੱਥੇ ਟੋਟਲ ਇਹ ਹੈ 10। ਹੁਣ ਇੱਥੇ ਕਿਊਰੀ ਸੀ ਕੈਂਡੀਡੇਟ ਸੀ ਕਿ ਬੀ ਐਡ ਤੋਂ ਬਗੈਰ ਸਾਡਾ ਡਾਟਾ ਫਿਲ ਹੋ ਜਾਊਗਾ। ਠੀਕ ਹੈ, ਹੁਣ ਦੇਖੋ ਮੈਂ ਇੱਥੇ ਬੀ ਐਡ ਦੀ ਡਿਟੇਲ ਫਿਲ ਨਹੀਂ ਕੀਤੀ, ਜਿਵੇਂ ਮੈਂ ਸੇਵ 'ਤੇ ਕਲਿੱਕ ਕਰਦਾ, ਦੇਖਦੇ ਡਾਟਾ ਸਾਡਾ ਸੇਵ ਹੁੰਦਾ ਹੈ। ਜੇ ਤਾਂ ਹੋ ਗਿਆ, ਡੈਟ ਮੀਨਸ ਕਿ ਜਿਹੜੇ ਕੈਂਡੀਡੇਟਸ ਨੇ ਬੀ ਐਡ ਨਹੀਂ ਕੀਤੀ ਹੋਈ, ਸਿਰਫ ਈ ਟੀ ਟੀ ਕੀਤੀ ਹੋਈ, ਦੇ ਕੈਨ ਆਲਸੋ ਅਪਲਾਈ। ਇੱਕ ਵਾਰ ਟਰਾਈ ਕਰ ਲੈਂਦੇ ਹਾਂ, ਮੈਂ ਸੇਵ ਕੀਤਾ, ਡਾਟਾ ਸਾਡਾ ਸੇਵ ਹੋ ਗਿਆ, ਦੇਖਣੇ ਐਰਰ ਮੈਸੇਜ ਤਾਂ ਨਹੀਂ ਹੈ, ਨਹੀਂ ਹੈ ਜੀ, ਐਪਲੀਕੇਸ਼ਨ ਫੋਰਮ ਅਪਡੇਟਡ ਸਕਸੈਸਫੁਲੀ। ਸੋ ਜੇ ਤੁਸੀਂ ਬੀ ਐਡ ਵਾਲਾ ਬਲੋਗ ਖਾਲੀ ਵੀ ਛੱਡ ਦਿਓ, ਲਾਈਕ ਜਿੱਦਾਂ ਮੈਂ ਹੀ ਹੈ ਕਿ ਮੈਂ ਬੀ ਐਡ ਨਹੀਂ ਕੀਤੀ, ਸਿਰਫ ਈ ਟੀ ਟੀ ਕੀਤੀ, ਮੇਰਾ ਕਾਮਨ ਜੀ ਗੱਲ, ਅਗਰ ਮੈਂ ਬੀ ਐਡ ਨਹੀਂ ਕੀਤੀ ਤਾਂ ਮੇਰੇ ਕੋਲ ਡਿਟੇਲ ਤਾਂ ਕੁਛ ਵੀ ਨਹੀਂ ਹੋਣੀ। ਤੁਸੀਂ ਉਹਨੂੰ ਬਲੈਂਕ ਛੱਡ ਦਿਓ, ਬਲੈਂਕ ਦੇਖੋ ਤੁਹਾਡੇ ਸਾਹਮਣੇ, ਮੈਂ ਇਹਨੂੰ 100% ਸ਼ੋ ਕਰਤਾ ਕਿ ਬਲੈਂਕ ਤੁਹਾਡਾ ਬੋਕਸ ਚੱਕ ਲੈਂਦਾ ਹੈ। ਸੋ ਡਿਟੇਲ ਮੇਰੀ ਡਨ ਹੈ। ਜੇਕਰ ਤੁਹਾਨੂੰ ਡਿਟੇਲ ਪ੍ਰੋਪਰ ਨਹੀਂ ਹੈ, ਸਰਟੀਫਿਕੇਟ ਤੁਹਾਡੇ ਘਰੇ ਪਏ ਹੈ, ਤੁਸੀਂ ਕੈਫੇ 'ਤੇ ਆਏ ਹੋ, ਤਾਂ ਇਹਨੂੰ ਜਸਟ ਸੇਵ ਕਰ ਦਿਓ, ਲੌਗ ਆਊਟ ਕਰ ਦਿਓ, ਬਾਅਦ ਵਿੱਚ ਤੁਸੀਂ ਇਹਦੇ ਵਿੱਚ ਮੋਡੀਫਿਕੇਸ਼ਨ ਕਰ ਲਓ। ਮੋਡੀਫਿਕੇਸ਼ਨ ਕਰਕੇ ਆਈ ਹੈਵ ਐਡਿਡ ਆਲਸ ਔਨ, ਅਤੇ ਅਪਰੂਵ ਕਰਨ ਤੋਂ ਪਹਿਲੇ ਇੱਕ ਵਾਰ ਚੈੱਕ ਕਰ ਲਓ। ਠੀਕ ਹੈ ਜੀ, ਅਤੇ ਲੌਕ ਕਰ ਦਿਓ ਫੋਰਮ ਨੂੰ, ਡਨ ਕਰ ਦਿਓ, ਮੀਨਸ ਓਕੇ ਕਰ ਦਿਓ। ਇਹ ਤੁਹਾਡਾ ਫੋਰਮ ਫਾਈਨਲ ਸਬਮਿਟ ਹੋ ਗਿਆ। ਉਸ ਤੋਂ ਬਾਅਦ ਚੌਥੇ ਸਟੈਪ, ਫੀਸ ਪੇ ਕਰਨੀ ਹੈ। ਚਲਾਨ ਫਿਲਹਾਲ ਇਹਨਾਂ ਦੇ 72 ਬਾਅਦ 8 ਵਾਰ ਜਨਰੇਟ ਹੁੰਦੇ ਆ, ਜੋ ਮਾਸਟਰ ਕੈਡਰ ਦੇ ਉਹ ਤਾਂ 72 ਘੰਟੇ ਬਾਅਦ ਹੀ ਜਨਰੇਟ ਹੋਏ ਸੀ ਨਾ, ਦੇਖਦੇ ਹਾਂ। ਉਸ ਤੋਂ ਬਾਅਦ ਤੁਸੀਂ ਅਗਰ ਪ੍ਰਿੰਟ ਕਰਨਾ ਹੈ ਫੋਰਮ ਦਾ, ਇੱਥੋਂ ਪ੍ਰਿੰਟ ਕਰ ਸਕਦੇ ਹੋ। ਠੀਕ ਹੈ ਜੀ, ਜਿਵੇਂ ਤੁਸੀਂ ਚਲਾਨ ਉੱਥੇ ਦੇ ਦੋਗੇ ਬੈਂਕ ਵਿੱਚ, ਪੂਰਾ ਤੁਹਾਡਾ ਪ੍ਰੋਸੈਸ ਹੋ ਜਾਊਗਾ, ਐਕਨੋਲੇਜਮੈਂਟ ਨੰਬਰ ਫਿਲ ਹੋ ਜਾਊਗਾ। ਇੱਥੇ ਫਿਲਹਾਲ ਇਹਨਾਂ ਦੇ ਦੱਸਿਆ ਨਹੀਂ ਹੋਇਆ ਕੁਛ, ਬੈਕਐਂਡ ਤੋਂ ਆਟੋਮੈਟਿਕ ਪ੍ਰੋਸੈਸ ਹੋ ਜਾਊਗੀ, ਉਹ ਤੁਸੀਂ ਲੌਗਇਨ ਕਰਕੇ ਮੇ ਬੀ ਕੁਛ ਨਿਆ ਲਿੰਕ ਬਣ ਜੇ, ਅਦਰਵਾਈਜ਼ ਆ ਸਾਡਾ ਫੋਰਮ ਹੈ, ਇਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ, ਜਿਹੜਾ ਐਪਲੀਕੇਸ਼ਨ ਫੋਰਮ ਹੈ। ਸੋ ਇਹ ਸੀ ਫਰੈਂਡਸ ਪ੍ਰੋਸੈਸ ਕਿ ਤੁਸੀਂ ਜਿਹੜਾ ਈ ਟੀ ਟੀ ਟੀਚਰਸ ਦੀਆਂ ਰਿਕੁਆਇਰਮੈਂਟ ਨਿਕਲੀਆਂ ਹੈ, ਉਹਦਾ ਔਨਲਾਈਨ ਫੋਰਮ ਕਿਵੇਂ ਫਿਲ ਕਰਨਾ ਹੈ, ਇਹ ਮੈਂ ਤੁਹਾਨੂੰ ਸਾਰੇ ਸਟੈਪਸ ਦੱਸਦੇ ਹਾਂ। ਅਤੇ ਜਿਹੜਾ ਇੱਕ ਮੇਨ ਡਾਊਟ ਸੀ ਕਾਫੀ ਜ਼ਿਆਦਾ ਕੈਂਡੀਡੇਟਸ ਨੂੰ ਬੀ ਐਡ ਵਾਲਾ, ਉਹ ਵੀ ਮੈਂ ਤੁਹਾਡਾ ਡਾਊਟ ਸੋਲਵ ਕਰਦਾ ਹਾਂ। ਯੂ ਕੈਨ ਆਲਸੋ ਬਲੈਂਕਿਟ ਇਫ ਯੂ ਆਰ ਨੋਟ ਡਨ ਯੂਅਰ ਬੀ ਐਡ, ਅਦਰਵਾਈਜ਼ ਜੇ ਕੀਤੀ ਹੈ ਤਾਂ ਫਿਲ ਕਰ ਦਿਓ। ਸੋ ਇਸ ਦੇ ਰਿਗਾਰਡਿੰਗ ਕਰਕੇ ਦੇਖੋ ਫਰੈਂਡਸ, ਕੋਈ ਵੀ ਤੁਸੀਂ ਪ੍ਰੋਬਲਮ ਫੇਸ ਕਰਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ। ਐਂਡ ਵਨ ਮੋਰ ਥਿੰਗ, ਅਗਰ ਤੁਸੀਂ ਜੇ ਸੇਮ ਪ੍ਰੋਸੈਸ ਆਪਣੇ ਸਮਾਰਟਫੋਨ ਵਿੱਚ ਵੀ ਕਰਨੀ ਹੈ, ਤਾਂ ਉਹਦੇ ਲਈ ਤੁਸੀਂ ਬਸ ਇੱਕ ਫੀਚਰ ਇਨੇਬਲ ਕਰਨਾ ਹੈ। ਉਹ ਫੀਚਰ ਕਿਹੜਾ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਜੀ, ਜੋ ਕਾਫੀ ਜ਼ਿਆਦਾ ਯੂਜ਼ਰਸ ਨੂੰ ਪ੍ਰੋਬਲਮ ਆਉਂਦੀ ਹੈ, ਬਿਕੋਜ਼ ਹਰੇਕ ਕੋਈ ਚਾਹੁੰਦਾ ਕਿ ਉਹ ਫੋਨ 'ਚੋਂ ਵੀ ਫਿਲ ਕਰ ਲਏ। ਸੋ ਉਹ ਕੀ ਹੈ ਜੀ, ਉਹ ਤੁਸੀਂ ਦੇਖ ਲਓ। ਸੋ ਉਹਦੇ ਲਈ ਮੈਂ ਤੁਹਾਨੂੰ ਆਪਣੇ ਸਮਾਰਟਫੋਨ ਦੇ ਵਿੱਚ ਲੈ ਜਾਂਦਾ ਹੈ। ਸੋ ਪਹਿਲੇ ਮੈਂ ਥੋੜ੍ਹਾ ਇੱਥੋਂ ਆਪਣਾ ਸਮਾਰਟਫੋਨ ਕੁਨੈਕਟ ਕਰ ਲਾਂ। ਦੇਖੋ ਜੀ, ਇਹ ਪ੍ਰੋਸੈਸ ਵੀ ਤੁਹਾਨੂੰ ਆਉਣੀ ਚਾਹੀਦੀ ਹੈ। ਠੀਕ ਹੈ ਜੀ, ਹਰੇਕ ਕੋ ਲੈਪਟਾਪ ਨਹੀਂ ਹੁੰਦਾ, ਹਰੇਕ ਕੋ ਠੀਕ ਹੈ ਜੀ ਸਿਸਟਮ ਨਹੀਂ ਹੁੰਦਾ, ਪਰ ਜ਼ਰੂਰੀ ਨਹੀਂ ਕਿ ਹਰੇਕ ਬੰਦਾ ਕੈਫੇ ਵਗੈਰਾ ਜਾਏ। ਸੋ ਮੈਂ ਇੱਥੇ ਪਹਿਲੇ ਕੁਨੈਕਟ ਕਰ ਲੈਣਾ ਆਪਣੇ ਸੋਫਟਵੇਅਰ ਨਾਲ। ਸੋ ਮੋਬਾਈਲ 'ਚ ਕਿੱਦਾਂ ਕਰਨਾ ਹੈ ਤੁਸੀਂ ਟਰਾਈ ਕਰਕੇ ਦੇਖ ਲਿਓ, ਜੇ ਫਿਰ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਸਾਨੂੰ ਦੱਸ ਸਕਦੇ ਹੋ। ਠੀਕ ਹੈ ਜੀ, ਸੋ ਇੱਥੇ ਥੋੜ੍ਹੀ ਜਿਹੀ ਮੈਨੂੰ ਪ੍ਰੋਬਲਮ ਆ ਰਹੀ ਹੈ, ਡਾਟਾ ਮੇਰੇ 'ਚ ਥੋੜ੍ਹਾ ਸਲੋ ਹੈ ਜੀ। ਸੋ ਇਹਦੇ ਵਿੱਚ ਮੈਂ ਤੁਹਾਨੂੰ, ਚਲੋ ਆ ਗਿਆ ਜੀ, ਆ ਦੇਖੋ ਜੀ, ਹੁਣ ਦੇਖ ਲਓ ਇਹਦੇ ਵਿੱਚ ਕਿੱਦਾਂ ਕਰਨਾ, ਮੈਂ ਤੁਹਾਨੂੰ ਥੋੜ੍ਹਾ ਇਨਲਾਰਜ ਕਰਕੇ ਸ਼ੋ ਕਰ ਦਿੰਦਾ, ਸੋ ਡੈਟ ਯੂ ਕੈਨ ਈਜ਼ਲੀ ਸੀ ਇਟ। ਆ ਦੇਖੋ ਜੀ, ਇਹ ਹੈ ਜੀ ਤੁਹਾਡਾ ਗੂਗਲ ਕ੍ਰੋਮ। ਠੀਕ ਹੈ ਜੀ, ਗੂਗਲ ਕ੍ਰੋਮ ਵਿੱਚ ਜਾ ਕੇ ਟੌਪ 'ਤੇ ਦੇਖੋ ਜੀ, ਆਹ 3 ਡੋਟਸ ਆ ਰਹੇ ਨੇ, ਆਹ ਵਾਲੇ ਦਿਸ ਵਨ, ਇਹ 'ਤੇ ਕਲਿੱਕ ਕਰ ਦਿਓ। ਕਲਿੱਕ ਕਰਕੇ ਆਹ ਨੀਚੇ ਆ ਰਿਹਾ ਜੀ ਡੈਸਕਟੋਪ ਮੋਡ, ਮੈਂ ਇੱਥੋਂ ਫਿਲਹਾਲ ਤੁਹਾਨੂੰ ਸ਼ੋ ਕਰ ਦਿੰਦਾ ਹੈ ਦਿਸ ਵਨ। ਡੈਸਕਟੋਪ ਮੋਡ ਤੁਸੀਂ ਇਨੇਬਲ ਕਰ ਦੇਣਾ, ਇੱਥੇ ਟਿੱਕ ਕਰ ਦੇਣਾ। ਠੀਕ ਹੈ ਜੀ, ਇੱਕ ਵਾਰ ਮੈਂ ਤੁਹਾਨੂੰ ਉੱਦਾਂ ਨੋਰਮਲ ਓਪਨ ਕਰਕੇ ਦੱਸ ਦੇਣਾ, ਇਹ ਹੈ ਜੀ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਦੀ ਵੈਬਸਾਈਟ। ਜਿਵੇਂ ਮੈਂ ਓਪਨ ਕੀਤਾ, ਦੇਖੋ ਇੱਥੇ ਪ੍ਰੋਪਰ ਇੰਟਰਫੇਸ ਨਹੀਂ ਆ ਰਿਹਾ। ਠੀਕ ਹੈ ਜੀ, ਪ੍ਰੋਪਰ ਇੰਟਰਫੇਸ ਵਾਸਤੇ ਜਿਵੇਂ ਮੈਂ ਇਹ 3 ਡੋਟਸ 'ਤੇ ਕਲਿੱਕ ਕੀਤਾ ਅਤੇ ਡੈਸਕਟੋਪ ਸਾਈਟ 'ਤੇ ਕਲਿੱਕ ਕੀਤਾ, ਦੇਖੋ ਸੇਮ ਵੈਬਸਾਈਟ ਉੱਦਾਂ ਓਪਨ ਹੋ ਗਈ ਜਿੱਦਾਂ ਸਾਡੇ ਡੈਸਕਟੋਪ 'ਤੇ ਹੋ ਰਹੀ ਹੈ, ਮੀਨ ਟੂ ਸੇ ਤੁਹਾਡੇ ਸਾਹਮਣੇ ਲੈਪਟੋਪ ਵਿੱਚ ਆਈ ਸੀ। ਆਹ ਦੇਖੋ, ਜੇ ਮੈਂ ਲੇਟੈਸਟ ਰਿਕੁਆਇਰਮੈਂਟ 'ਤੇ ਕਲਿੱਕ ਕਰਦਾ ਰਿਕੁਆਇਰਮੈਂਟ, ਆਹ ਦੇਖੋ ਜੇ ਹੋ ਗਿਆ, ਇਹਨੂੰ ਮੈਂ ਜ਼ੂਮ ਇਨ ਜ਼ੂਮ ਆਊਟ ਕਰ ਸਕਦਾ। ਆਹ ਦੇਖੋ,
ਸੋ ਫਰੈਂਡਸ ਇਹ ਸੀ ਪ੍ਰੋਸੈਸ ਸਾਰੀ ਪ੍ਰੋਸੈਸ ਮੈਂ ਤੁਹਾਨੂੰ ਦੋਨੇ ਪ੍ਰੋਸੈਸ ਦੱਸਦੀ ਹਾਂ ਕਿ ਤੁਸੀਂ ਕਿੱਦਾਂ ਮੋਬਾਈਲ ਤੋਂ ਅਪਲਾਈ ਕਰਨਾ ਹੈ ਅਤੇ ਕਿੱਦਾਂ ਤੁਸੀਂ ਆਪਣੇ ਡੈਸਕਟੋਪ ਤੋਂ ਅਪਲਾਈ ਕਰਨਾ ਹੈ ਸੋ ਫਰੈਂਡਸ ਇਹ ਪ੍ਰੋਸੈਸ ਕਰਕੇ ਦੇਖੋ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕੇ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਸੋ ਡੈਟ ਦੇ ਆਲਸੋ ਨੋ ਕਿ ਜੋ ਮੈਂ ਤੁਹਾਨੂੰ ਡਿਫਰੈਂਟ ਮੈਥਡ ਦੱਸੇ ਹੈ ਫੋਰਮ ਨੂੰ ਆਨਲਾਈਨ ਫਿਲ ਕਰਨ ਦੇ ਉਹ ਤੁਹਾਨੂੰ ਪਤਾ ਲੱਗ ਸਕੇ ਅਤੇ ਕਿਹੜੀ ਕਿਹੜੀ ਫੀਲਡਸ ਹੈ ਤੁਸੀਂ ਫਿਲ ਕਰ ਸਕਦੇ ਹੋ ਅਤੇ ਬਾਕੀ ਜਿਹੜੀਆਂ ਤੁਹਾਡੀਆਂ ਮੈਂ ਗਾਈਡਲਾਈਨਸ ਅਤੇ A to Z ਤੁਹਾਡੇ ਸੋਲਿਊਸ਼ਨ ਦਿੱਤੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲੋ ਸੋ ਥੈਂਕ ਯੂ ਫਰੈਂਡਸ